ਪਿਛਲੇ ਦਿਨੀ ਨਾਭਾ ਅਤੇ ਲੁਧਿਆਣਾ ਜੇਲ੍ਹ ਵਿੱਚ ਹੋਈਆਂ ਵੱਡੀਆਂ ਵਾਰਦਾਤਾਂ ਨੂੰ ਲੈ ਕੇ ਵਿਰੋਧੀਆਂ ਨੇ ਸਰਕਾਰ ਨੂੰ ਲੰਬੇ ਹੱਥੀ ਲਿਆ ਹੋਇਆ ਹੈ। ਇਸ ਦੇ ਚੱਲਦਿਆਂ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਜੇਲ੍ਹ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਸੁਖਜਿੰਦਰ ਰੰਧਾਵਾ ਦੇ ਅਸਤੀਫੇ ਦੀ ਮੰਗ ਕੀਤੀ ਹੈ, ਜਿਸ ਨੂੰ ਲੈ ਕੇ ਅਕਾਲੀ ਦਲ ਦਾ ਇੱਕ ਵਫਦ ਪਾਰਟੀ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਦੀ ਅਗਵਾਈ ਵਿੱਚ ਲੁਧਿਆਣਾ ਦੇ ਡੀਸੀ ਨੂੰ ਮਿਲਿਆ ਅਤੇ ਉਹਨਾਂ ਨੂੰ ਪੰਜਾਬ ਦੇ ਰਾਜਪਾਲ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ। ਅਕਾਲੀ ਦਲ ਨੇ ਲੁਧਿਆਣਾ ਜੇਲ੍ਹ ਵਿੱਚ ਹੋਏ ਹਿੰਸਾ ਲਈ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਜ਼ਿੰਮੇਵਾਰ ਠਹਿਰਾਇਆ। ਜੇ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਸ਼ਨ ਜਿਹਦੇ ਵਿੱਚ ਸਮੁੱਚੀ ਲੀਡਰਸ਼ਿਪ ਸਾਰੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੈਮੋਰੈਂਡਮ ਦੇ ਕੇ ਆਏ ਹੈ। ਮੈਮੋਰੈਂਡਮ ਹੈ ਲੁਧਿਆਣਾ ਜੇਲ੍ਹ ਵਿੱਚ ਹੋਈ ਵਾਇਲੈਂਸ ਬਾਰੇ। ਸਾਡਾ ਮੰਨਣਾ ਨਹੀਂ, ਸਾਡਾ ਕਨਵਿਕਸ਼ਨ ਹੈ ਕਿ ਜੋ ਲੁਧਿਆਣਾ ਜੇਲ੍ਹ ਵਿਦ ਆ ਫਾਇਰਿੰਗ ਦਾ ਮੇਨ ਦੋਸ਼ੀ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮਿਨਿਸਟਰ ਹੈ। ਅਸੀਂ ਡਿਮਾਂਡ ਕਰਦੇ ਹਾਂ ਕਿ ਉਹਦੇ ਕਤਲ ਦਾ ਮੁਕੱਦਮਾ ਰਜਿਸਟਰ ਕਰਕੇ ਉਹਨੂੰ ਟਰਾਇਲ ਕੀਤੀ ਜਾਵੇ। ਜਿੰਨਾ ਚਿਰ ਪਰਚਾ ਉਹਦੇ 'ਤੇ ਦਰਜ ਨਹੀਂ ਹੁੰਦਾ, ਸ਼੍ਰੋਮਣੀ ਅਕਾਲੀ ਦਲ ਚੈਨ ਨਾਲ ਨਹੀਂ ਬੈਠੂਗਾ। ਉਹਨਾਂ ਲਈ 50-50 ਲੱਖ ਰੁਪਇਆ ਕੰਪਨਸੇਸ਼ਨ ਮੰਗ ਕੇ ਆਏ। ਤੀਸਰੀ ਗੱਲ ਅਸੀਂ ਜਿਹੜੀ ਕਹਿ ਕੇ ਆਏ ਹਾਂ ਇਹ ਹੈ ਕਿ ਇਸ ਹਾਦਸੇ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਇਹ ਸੋ ਕਾਲਡ ਸਭ ਤੋਂ ਆਪਣੇ ਆਪ ਨੂੰ ਕਾਬਲ ਮੰਤਰੀ ਕਲੇਮ ਕਰਨ ਵਾਲਾ ਐਕਸਪੋਜ਼ ਹੋ ਗਿਆ। ਜੇਲ੍ਹ ਵਿੱਚ ਟੈਲੀਫੋਨ ਵੀ ਨਿਰੰਤਰ, ਕਿਉਂਕਿ ਅੰਦਰ ਵਿੱਚ ਹੋਇਆ ਵਾਕਿਆ ਲਾਈਵ ਫੇਸਬੁੱਕ 'ਤੇ ਦਿਖਾਇਆ ਗਿਆ ਕੈਦੀਆਂ ਵੱਲੋਂ। ਦੂਸਰੀ ਗੱਲ ਕਿ ਅੰਦਰ ਨਸ਼ੇ ਵੀ ਦੀ ਪੂਰੀ ਵਰਤਾਰਾ। ਫਿਰ ਉਦੋਂ 'ਚ ਘਟੀਆ ਅਤੇ ਸ਼ਰਮ ਵਾਲੀ ਗੱਲ ਸਰਕਾਰ ਲਈ ਅਤੇ ਵਿਸ਼ੇਸ਼ ਤੌਰ 'ਤੇ ਜੇਲ੍ਹ ਮੰਤਰੀ ਲਈ ਕਿ ਐਡੇ ਵੱਡੇ ਹਾਦਸੇ ਤੋਂ ਬਾਅਦ ਵੀ ਜਦ 2 ਦਿਨ ਬਾਅਦ ਜੇਲ੍ਹ ਦੀ ਸਰਚ ਹੋਈ ਹੈ, ਦੈਟਸ ਮੋਬਾਈਲ ਉਦੋਂ ਫੜੇ ਗਏ। ਮਤਲਬ ਨਾ ਅਹਿਲੀਅਤ ਮਹਿਕਮੇ ਦੀ ਅਤੇ ਸਰਕਾਰ ਦੀ, ਇਦੋਂ ਵੱਧ ਕੀ ਐਕਸਪੋਜ਼ ਹੋ ਸਕਦੀ। ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਇਹ ਮੰਗ ਆ, ਗਵਰਨਰ ਸਾਹਿਬ ਤੋਂ, ਪੰਜਾਬ ਦੀਆਂ ਤੋਂ ਇਹ ਮੰਗ ਆ, ਜਿਹੜਾ ਲਈ ਅਸੀਂ ਮੈਮੋਰੈਂਡਮ ਥਰੂ ਡੈਪਟੀ ਕਮਿਸ਼ਨਰ ਲੁਧਿਆਣਾ ਦੇ ਕੇ ਆਏ ਹੈ ਕਿ ਸੁਖਜਿੰਦਰ ਸਿੰਘ ਰੰਧਾਵੇ ਨੂੰ ਤੁਰੰਤ 302 ਦੇ ਕੇਸ ਵਿੱਚ ਬੁੱਕ ਕਰਕੇ ਅੰਦਰ ਕੀਤਾ ਜਾਵੇ, ਮਹਿਕਮੇ ਤੋਂ ਬਰਤਰਫ ਕੀਤਾ ਜਾਵੇ, ਮਰਨ ਵਾਲੇ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਇੱਕ ਨੌਕਰੀ ਦਿੱਤੀ ਜਾਵੇ ਅਤੇ ਇੰਜਰਡਸ ਨੂੰ 50-50 ਲੱਖ ਦਿੱਤਾ ਜਾਵੇ। ਇੱਥੇ ਗੋਲੀ ਮਾਰਨ ਵਾਲਿਆਂ ਨੂੰ ਓਨਰ ਨਹੀਂ ਸੀ ਕੀਤਾ, ਅਸੀਂ ਉਹਨਾਂ 'ਤੇ ਪਰਚਾ ਦਰਜ ਕੀਤਾ ਸੀ। ਸਾਡੇ ਨਾਲ ਉਹ ਨਾਲ ਨਾ ਰਲਾਓ, ਠੱਗ ਦੇ ਸਾਧ ਨੂੰ ਇੱਕ ਰਾਹ ਨਾ ਲੰਘਾਓ, ਮੇਰੀ ਗੱਲ ਸੁਣ ਲਓ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸੁਣੋ। ਫਿਰ ਅਸੀਂ ਜਾ ਕੇ ਉਹਨਾਂ ਨੂੰ ਪੈਟ ਨਹੀਂ ਸੀ ਕੀਤਾ, ਠੀਕ ਜੇ ਅਸੀਂ ਇਹ ਨਹੀਂ ਸੀ ਕਿਹਾ ਕਿ ਹੁਣ AK-47 ਦੀ ਥਾਂ AK-74 ਦੇਵਾਂਗੇ। ਸਾਡਾ FIR ਪਹਿਲਾਂ ਪੁਲਿਸ ਵਾਲਿਆਂ ਦੇ ਅਗੇਂਸਟ 2015 ਵਿੱਚ ਅਕਾਲੀ ਦਲ ਦੀ ਸਰਕਾਰ ਵੱਲੋਂ ਰਜਿਸਟਰ ਹੋਇਆ ਸੀਗਾ। ਇਹ ਤੁਸੀਂ ਰੰਧਾਵੇ ਨੂੰ ਪੁੱਛੋ। ਸਟਾਰ ਕੈਨੇਡਾ ਟੀਵੀ ਲਈ ਬਿਊਰੋ ਰਿਪੋਰਟ।